ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਮਾਗਮ ਵਿੱਚ ਅੱਜ ਇਕੱਠੇ ਹੋਏ ਹਾਂ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਜਾਣਦੀਆਂ, ਅਗਲੀ ਪੀੜ੍ਹੀ ਨੂੰ ਉਹਦੇ ਬਾਰੇ ਦੱਸਦੀਆਂ, ਅਤੇ ਇਤਿਹਾਸ ਦੇ ਉਹਨਾਂ ਦਿਨਾਂ ਨੂੰ ਮਨਾਉਂਦੀਆਂ, ਅਤੇ ਉਹਨਾਂ ਦਿਨਾਂ ਵਿੱਚ ਸਾਰੀ ਸੰਗਤ ਨੂੰ ਇਨਵੋਲਵ ਕਰਦੀਆਂ, ਉਹੀ ਕੌਮਾਂ ਅੱਗੇ ਵੱਧਦੀਆਂ। ਖਾਲਸਾ ਪੰਥ ਦਾ ਇਤਿਹਾਸ ਬੜਾ ਕੁਰਬਾਨੀ ਵਾਲਾ ਇਤਿਹਾਸ ਹੈ। ਖਾਲਸਾ ਪੰਥ ਨੇ ਸ਼ਹਾਦਤਾਂ ਦਿੱਤੀਆਂ, ਜ਼ੁਲਮ ਦੇ ਖਿਲਾਫ ਲੜਾਈ ਲੜੀ, ਇਨਸਾਫ ਜਿੱਥੇ ਨਹੀਂ ਮਿਲਦਾ ਸੀ ਉੱਥੇ ਇਨਸਾਫ ਦਿਲਾਉਣ ਵਿੱਚ ਲੜੀ। ਇਕੱਲੀ ਇਹ ਜੀ ਮਿਸਾਲ ਕਿਤੇ ਨਹੀਂ ਹੋਣੀ ਕਿ ਆਪਣੇ ਗੁਰੂ ਸਾਹਿਬਾਨ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ। ਸ਼੍ਰੋਮਣੀ ਅਕਾਲੀ ਦਲ ਇੱਕ ਕੌਮ ਦੀ ਜਥੇਬੰਦੀ ਹੈ, ਆ ਸਿਆਸੀ ਪਾਰਟੀ ਨਹੀਂ ਹੈ, ਅੱਜ ਕੌਮ ਦੀ ਖਾਲਸਾ ਪੰਥ ਦੀ ਸੋਚ ਹੈ, ਗੁਰੂਆਂ ਦੇ ਦੱਸੇ ਹੋਏ ਰਸਤੇ ਦੇ ਚੱਲਣ ਵਾਲੀ ਸੋਚ ਹੈ, ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਹੈ। 103 ਸਾਲ ਪੁਰਾਣੀ ਪਾਰਟੀ ਹੈ, ਇਤਿਹਾਸ ਦੇਖ ਲਓ ਕਿੱਡਾ ਸ਼ਹਾਦਤਾਂ ਵਾਲਾ ਇਤਿਹਾਸ ਹੈ, ਕਿੰਨਾ ਕੁਰਬਾਨੀ ਵਾਲਾ ਇਤਿਹਾਸ ਹੈ। ਆਪਾਂ ਇੱਥੇ ਭੁੱਲ ਜਾਂਦੇ ਹਾਂ ਕਿ ਅਕਾਲੀ ਦਲ ਹੈ ਕੀ ਚੀਜ਼। ਆਪਾਂ ਇਸ ਲੀਡਰ ਨਾਲ ਨਹੀਂ ਬਣਦੀ ਗੱਲ, ਆਪਾਂ ਅਕਾਲੀ ਦਲ ਦੇ ਖਿਲਾਫ ਹੋ ਜਾਂਦੇ ਹਾਂ। ਜੇ ਤੁਹਾਨੂੰ ਇਹ ਜਥੇਦਾਰ ਨਹੀਂ ਪਸੰਦ, ਆਪਾਂ ਪੂਰੀ ਪਾਰਟੀ ਦੇ ਖਿਲਾਫ ਹੋ ਜਾਂਦੇ ਹਾਂ। ਇਸ ਲੀਡਰ ਨਹੀਂ ਪਸੰਦ ਤਾਂ ਸਾਰੀ ਪਾਰਟੀ ਖਿਲਾਫ ਹੋ ਜਾਂਦੇ ਹਾਂ। ਖਾਲਸਾ ਜੀ, ਜੇ ਅਕਾਲੀ ਦਲ ਕਮਜ਼ੋਰ ਹੈ, ਆਪਾਂ ਸਾਰੀ ਖਾਲਸਾ ਪੰਥ ਦੀ ਸੋਚ ਕਮਜ਼ੋਰ ਹੋ ਜਾਂਦੀ ਹੈ। ਅੱਜ ਹੋਇਆ ਕੀ? ਇੰਨਾ ਦਿੱਲੀ ਵਾਲਿਆਂ ਦੇ ਕਹਿਣ 'ਤੇ, ਦਿੱਲੀ ਵਾਲਿਆਂ ਦੇ ਪ੍ਰਚਾਰ 'ਤੇ ਆਪਾਂ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ, ਅਤੇ ਹੋਇਆ ਕੀ? ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ 'ਤੇ ਬਾਹਰਲਿਆਂ ਦਾ ਕਬਜ਼ਾ ਹੋ ਗਿਆ, ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ 'ਤੇ ਬਾਹਰਲੇ ਨੇ ਕਬਜ਼ਾ ਕਰ ਲਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਬਣਾਈ, ਅਕਾਲੀ ਦਲ ਨੇ ਉਹ ਦਿੱਲੀ ਜਾ ਕੇ ਮੰਤਾਂ ਤੋਂ ਆਜ਼ਾਦ ਕਰਾਈ, ਉੱਥੇ ਵੀ ਦੂਜੀ ਪਾਰਟੀਆਂ ਦਾ ਕਬਜ਼ਾ ਹੋ ਗਿਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਆਪਣਾ ਪਾਰਲੀਮੈਂਟ ਹੈ, ਜਿਹੜੀ ਆਪਣੀ ਤਾਕਤ ਹੈ, ਜਿਹਦੇ ਕਰਕੇ ਕੌਮ ਇਕੱਠੀ ਹੈ, ਉਹਨਾਂ ਨੂੰ ਪਤਾ ਹੈ ਆ ਜਿਹੜੇ ਦਿੱਲੀ ਵਾਲੇ ਹੈ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੋਏ ਤੇ ਖਾਲਸਾ ਪੰਥ ਦੀਆਂ ਜਥੇਬੰਦੀਆਂ ਖਤਮ ਕਰ ਦਿਓ, ਆਪਣੇ ਆਪ ਹੀ ਕਮਜ਼ੋਰ ਹੋ ਜਾਊਗਾ। ਉਹਨੇ ਜਿਹੜੀ ਗੱਲ ਅੰਗਰੇਜ਼ ਨਹੀਂ ਕਰ ਸਕੇ,
ਜਿਹੜੀ ਕੱਲ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜਤਾ ਤੇ ਹਰਿਆਣੇ ਦੀ ਕਮੇਟੀ ਅਲੱਗ ਬਣਾ ਦਿੱਤੀ। ਆ ਹੁਣ ਅਖਬਾਰਾਂ 'ਚ ਪੜ੍ਹਿਆ ਹੋਣਾ ਹਰਿਆਣੇ ਦੀਆਂ ਵੋਟਾਂ ਹੁਣ ਦਿੱਲੀ ਹਰਿਆਣਾ ਕਮੇਟੀ ਦੀ ਬਣਾ ਰਹੇ ਸੀ, ਉਹਨਾਂ 'ਚ ਕੁਛ ਸਿੱਖ ਨਹੀਂ ਹੈ, ਬਗੈਰ ਸਿੱਖਾਂ ਦੀ ਵੋਟਾਂ ਬਣਾ ਕੇ ਹੁਣ ਉਹਨਾਂ ਨੂੰ ਕਾਬਜ਼ ਕਰ ਦੇਣਾ ਤੇ ਤੁਹਾਡਾ ਹੋਊਗਾ ਕੀ ਆਪ ਫਿਰ ਵੀ ਨਹੀਂ ਜਾਗਾਂਗੇ? ਕਿਤੇ ਕਿਤੇ ਮੈਂ ਸੋਚਦਾ ਹੁੰਦਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ। ਖਾਲਸਾ ਜੀ ਛੋਟੇ ਸਾਹਿਬ ਜਾਂਦੇ ਨੇ ਇੰਨੀ ਛੋਟੀ ਉਮਰ ਵਿੱਚ ਖਾਲਸੇ ਕੌਮ ਦੀ ਚੜ੍ਹਦੀ ਕਲਾ ਵਾਸਤੇ, ਸਿੱਖੀ ਚੜ੍ਹਦੀ ਕਲਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਇੰਨੀ ਛੋਟੀ ਉਮਰ ਵਿੱਚ। ਅਤੇ ਆਪਾਂ ਕੀ ਕਰ ਰਹੇ ਹਾਂ? ਆਪਾਂ ਉਹਨਾਂ ਨਾਲ ਜੱਫੀਆਂ ਪਾ ਰਹੇ ਹਾਂ ਜਿਹੜੇ ਆਪਣੇ ਕੌਮ ਦੇ ਦੁਸ਼ਮਣ ਹੈ। ਮੈਂ ਇੱਕ ਦਿਨ ਬੈਠਾ ਸੀ, ਮੈਂ ਇਤਿਹਾਸ ਦੇਖ ਰਿਹਾ ਸੀ, 84 ਦੇ ਅੰਦਰ ਕਤਲੇਆਮ ਕੀਤੇ ਕਾਂਗਰਸ ਪਾਰਟੀ ਨੇ, ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ ਹਮਲਾ ਕੀਤਾ ਕਾਂਗਰਸ ਪਾਰਟੀ ਨੇ 84 ਦੇ ਸਾਲ 'ਚ, ਦਿੱਲੀ ਵਿੱਚ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ। ਅਤੇ 7 ਮਹੀਨੇ ਬਾਅਦ ਪੰਜਾਬ ਦਾ ਇਲੈਕਸ਼ਨ ਆਇਆ, ਅਸੈਂਬਲੀ ਦਾ ਇਲੈਕਸ਼ਨ ਆਇਆ 7-8 ਮਹੀਨੇ ਬਾਅਦ 85 ਵਿੱਚ ਕਾਂਗਰਸ 35 ਸੀਟਾਂ ਜਿੱਤ ਗਈ, ਜਿੱਥੇ ਇੱਕ ਸੀਟ ਨਹੀਂ ਜਿੱਤਣੀ ਚਾਹੀਦੀ, ਉਹਦੀਆਂ ਜ਼ਮਾਨਤਾਂ ਜ਼ਬਤ ਨਹੀਂ ਹੋਣੀ ਚਾਹੀਦੀਆਂ। ਆਪਣੇ ਹੀ ਭੈਣ ਭਰਾ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਹੈ, ਜਿਸ ਪਾਰਟੀ ਨੇ ਤੁਹਾਡੇ ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਉੱਥੇ ਹੀ ਵੋਟਾਂ ਪਾ ਦਿੱਤੀਆਂ। ਅਤੇ 5 ਸਾਲ ਬਾਅਦ ਉਹਨਾਂ ਦੀ ਸਰਕਾਰ ਹੀ ਬਣਾ ਦਿੱਤੀ, 2 ਵਾਰ ਉਹਨਾਂ ਦੀ ਸਰਕਾਰ ਆ ਗਈ ਹੈ। ਅਤੇ ਫਿਰ ਆਪਾਂ ਕੀ ਗੱਲ ਕਰਦੇ ਹਾਂ? ਤਕੜੀ ਹੋਊਗੀ ਆਪਣੀ ਜੇ ਕੌਮ ਵਿੱਚ ਹੀ ਲੋਕ ਇਹਦੇ ਹੈ ਜਿਹੜੇ ਲੋਕਾਂ ਦੀ ਸੋਚ ਵਿੱਚ ਆਪਣੀ ਪਛਾਣ ਹੀ ਨਹੀਂ ਰੱਖਦੇ ਕਿ ਦੁਸ਼ਮਣ ਕੌਣ ਹੈ ਅਤੇ ਆਪਣੇ ਕੌਣ ਹੈ। ਆਪਾਂ ਉਹਨਾਂ ਦੀ ਗੱਲਾਂ 'ਤੇ ਜਿਹੜੇ ਆਪਣੇ ਹੈ ਉਹਨਾਂ ਦੀ ਗੱਲ ਤਾਂ ਸੁਣਦੇ ਨਹੀਂ ਆਪਾਂ। ਆ 10 ਸਾਲ ਸਰਕਾਰ ਤੁਹਾਡੀ ਰਹੀ, ਪੰਜਾਬ ਤਰੱਕੀ 'ਤੇ ਗਿਆ ਜਿਵੇਂ ਬਜੀਠੀਆ ਸਾਹਿਬ ਨੇ ਕੀਤਾ, ਰਣੀਕੇ ਸਾਹਿਬ ਨੇ ਦੱਸਿਆ, ਹਰ ਕਿਸਮ ਦੀ ਸਹੂਲਤ ਤੁਹਾਨੂੰ ਮਿਲਣ ਲੱਗ ਗਈ, ਸੜਕਾਂ ਬਣਨ ਲੱਗ ਗਈਆਂ, ਬਿਜਲੀ ਸਰਪਲਸ ਹੋ ਗਈ, ਗਲੀਆਂ ਨਾਲੀਆਂ ਬਣਨ ਲੱਗ ਗਈਆਂ, ਕੱਸੀਆਂ ਟਿਊਬਵੈੱਲ ਕਨੈਕਸ਼ਨ, ਮੁਫਤ ਬਿਜਲੀ, ਆਟਾ ਦਾਲ, ਸ਼ਗਨ, ਵਰਲਡ ਕੱਪ ਕਬੱਡੀ, ਮੈਂ ਕਹਿੰਦਾ ਰੋਜ਼ ਕੋਈ ਨਾ ਕੋਈ ਨਵੀਂ ਚੀਜ਼, ਜਿਹੜੀਆਂ ਮੰਡੀਆਂ ਤੁਸੀਂ ਬੈਠੇ ਹੋ ਬਣਾਉਣ ਵਾਲਾ ਅਕਾਲੀ ਦਲ ਹੈ। ਆ ਜਿਹੜੀਆਂ ਕੱਸੀਆਂ 'ਚ ਪਾਣੀ ਆਉਂਦਾ ਤੁਹਾਡੇ ਖੇਤਾਂ ਵਿੱਚ, ਜਿਹੜੀਆਂ ਅੰਡਰਗਰਾਊਂਡ ਪਾਈਪ ਸਿਸਟਮ ਪਾਏ ਆ, ਖਾਲੇ ਬਣਾਏ ਆ, ਸਾਰੇ ਅਕਾਲੀ ਦਲ ਦੀ ਦੇਣ ਹੈ। ਗਰੀਬਾਂ ਦੀਆਂ ਧਰਮਸ਼ਾਲਾ ਅਕਾਲੀ ਦਲ ਦੀ ਦੇਣ ਹੈ, ਐਸੀ ਬੱਚੇ ਨੂੰ ਸਕੋਲਰਸ਼ਿਪ ਅਕਾਲੀ ਦਲ ਦੀ ਦੇਣ ਹੈ। ਸਾਰੀਆਂ ਕੁੱਠਾਂ ਭੁਲਾ ਦਿੱਤੀਆਂ। ਆ 5-7 ਬੰਦੇ ਆਏ ਅਤੇ ਰੌਲਾ ਪਾਉਣ ਲੱਗਤਾ, ਜੀ ਅਕਾਲੀ ਦਲ ਨੇ ਬੇਅਦਬੀ ਕਰਾਤੀ, ਅਕਾਲੀ ਦਲ ਨੇ ਬੇਅਦਬੀ ਕਰਾਤੀ। ਆ ਮੰਡ ਸਾਹਿਬ, ਦਾਦੂਵਾਲ, ਆ ਜਸਵੀਰ ਰੋਡੇ, ਉਹਨਾਂ ਦੀ ਗੱਲਾਂ 'ਚ ਆ ਗਏ ਅਤੇ ਅੱਜ ਕਿੱਥੇ ਹੈ? ਜਦੋਂ ਦਰਬਾਰ ਸਾਹਿਬ 'ਤੇ ਅੰਦਰ ਦਰਬਾਰ ਸਾਹਿਬ 'ਤੇ ਇੱਕ ਇਨਸਾਨ ਅੰਦਰ ਵੜ ਗਿਆ,
ਇੱਕ ਵੀ ਇਹਨਾਂ ਬੰਦਿਆਂ ਨੇ ਆਵਾਜ਼ ਉਠਾਈ। ਅੱਜ ਉਸੇ ਦਿਨ ਪੁਲਿਸ ਨੇ ਸੰਸਕਾਰ ਕਰਤਾ, ਪੁਲਿਸ ਨੇ ਇਹ ਕੋਸ਼ਿਸ਼ ਨਹੀਂ ਕੀਤੀ ਪਤਾ ਇਹ ਬੰਦਾ ਕੌਣ ਹੈ, ਉਹਦਾ DNA ਟੈਸਟ ਕਰਕੇ ਬਤਾਈਏ ਕਿੱਥੋਂ ਆਇਆ, ਨਹੀਂ। ਉਹਦੇ ਬਾਅਦ ਬੇਅਦਬੀ ਦੇ ਬਾਅਦ ਦੂਜੀ ਬੇਅਦਬੀ ਹੋਈਆਂ, ਕੋਈ ਨਹੀਂ ਬੋਲਦਾ, ਕਿਤੇ ਮੰਡ ਦੀ ਬਿਆਨ ਨਹੀਂ ਸੁਣਿਆ ਹੋਣਾ, ਕਿਤੇ ਦਾਦੂ ਵੱਲ ਦਾ ਨਹੀਂ ਸੁਣਿਆ ਹੋਣਾ। ਕਿਉਂ ਹੈ ਕੌਣ? ਉਹ ਸ਼ਕਲਾਂ ਆਪਣੇ ਵਰਗੀ ਬਣਾਉਂਦੇ ਹੈ ਕੌਮ ਦੇ ਗੱਦਾਰ, ਏਜੰਸੀਆਂ ਦੇ ਬੰਦੇ, ਉਹਨਾਂ ਨੂੰ ਪਤਾ ਏਜੰਸੀਆਂ ਕਹਿੰਦੀਆਂ ਕੰਮ ਸ਼ੁਰੂ ਕਰ ਦਿਓ, ਫਿਰ ਇੱਕਦਮ ਚਾਲੂ ਹੋ ਜਾਂਦੇ ਹੈ। ਅਤੇ ਆਪਾਂ ਉਹਨਾਂ ਨੂੰ ਸੋਚਦੇ ਹਾਂ ਕਿ ਉਹ ਸਿੱਖ ਹੈ, ਨਹੀਂ, ਉਹ ਸਿੱਖ ਦੀ ਪਹਿਰਾਵਾ ਪਾਇਆ, ਉਹਨਾਂ ਦਾ ਨਿਸ਼ਾਨਾ ਪੰਜਾਬ ਨਹੀਂ, ਉਹਨਾਂ ਦਾ ਪੰਜਾਬਾ ਨਿਸ਼ਾਨਾ ਸਿੱਖ ਕੌਮ ਨੂੰ ਤਕੜਾ ਕਰਨਾ ਨਹੀਂ, ਉਹਨਾਂ ਦਾ ਨਿਸ਼ਾਨਾ ਹੈ ਕਿ ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਨਾ। ਉਹਨਾਂ ਨੂੰ ਆਹੀ ਆਦੇਸ਼ ਮਿਲਿਆ ਆਪਣੇ ਮਾਲਕ ਜਿਹੜੇ ਇਹਨਾਂ ਦਿੱਲੀ ਬੈਠੇ ਮਾਲਕਾਂ ਤੋਂ। ਆਹ ਬਦਲਾ ਲਿਆ, ਕਹਿੰਦੇ ਬਦਲਾ। ਇੱਕ ਤਾਂ ਮੈਂ ਦੇਖਿਆ ਆਪਣੀ ਕੌਮ ਨੂੰ, ਜਿਹੜਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ, ਪਿਛੋਕੜ ਕੌਣ ਹੈ, ਉਹਨੇ ਕਰਨਾ ਕੀ ਹੈ, ਨਹੀਂ ਉਹਨੂੰ ਉਹਦੇ ਮਗਰ ਲੱਗ ਜਾਂਦੇ ਹਾਂ। ਜਿਹੜੇ ਆਪਣੇ ਆ ਉਹਨਾਂ ਨੂੰ ਆਪਾਂ ਭੁੱਲ ਜਾਂਦੇ ਹਾਂ। ਰੋਜ਼ ਤੁਸੀਂ ਅਰਦਾਸ ਕੀ ਕਰਦੇ ਹੈ, ਰਾਜ ਕਰੇਗਾ ਖਾਲਸਾ, ਅਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ, ਖਾਲਸੇ ਦਾ ਕਿੱਥੇ ਰਾਜ ਰਿਹਾ? ਜਿਵੇਂ ਮੁਗਲ, ਜਿਵੇਂ ਅੰਗਰੇਜ਼ ਆਪਣੇ ਦੇਸ਼ 'ਤੇ ਹਮਲਾ ਕਰਦੇ ਸੀ, ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ 'ਤੇ ਹਮਲਾ ਕਰਦੀਆਂ, ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ, ਅਤੇ ਜਿਹੜੀ ਆਪਣੀ ਫੌਜ ਹੈ ਉਸ ਤਰਫ ਤੁਸੀਂ ਧਿਆਨ ਦੇਣਾ ਹੀ ਨਹੀਂ, ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ। ਅਸੀਂ ਜਿਉਣਾ ਮਰਨਾ ਇੱਥੇ ਹੈ, ਸਾਡੇ ਵਾਸਤੇ ਸਾਰਾ ਕੁਛ ਪੰਜਾਬ ਹੈ। ਅਸੀਂ ਰਾਤ ਨੂੰ ਸੋਚਦੇ ਹਾਂ, ਸੁਪਨੇ ਲੈਂਦੇ ਹਾਂ ਪੰਜਾਬ ਦੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਤੁਹਾਨੂੰ ਬੱਚਾ ਬੱਚਾ ਜਾਣਦਾ, ਪਿਛਲੇ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਵਿੱਚ 70 ਸਾਲ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੇਵਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ, 40 ਸਾਲ ਤੱਕ ਗਵਾਹੀ ਕੀਤੀ। ਤਾਂ ਕਹਿੰਦਾ ਖਾਲਸਾ ਜੀ, ਜੇ ਤੁਸੀਂ ਆਪਣੇ ਜਿੱਥੇ ਬੈਠੇ ਹੈ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ, ਕੋਈ ਚੀਜ਼ ਸਰਕਾਰੀ ਦੇਖ ਲਓ ਜਿਹੜੀ ਬਣੀ ਹੋਏ, ਜਾਂ ਕੋਈ ਹਸਪਤਾਲ ਜਾਂ ਕੁਛ ਵੀ ਚੀਜ਼ ਬਣੀ ਹੋਏ, ਪਤਾ ਕਰਾ ਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ, ਬਣਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ। ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਅਤੇ ਹੋਰ ਕਿਸੇ ਦੀ ਨਹੀਂ ਹੈ। ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ, ਲੜੂ ਵਾਲੇ ਤਾਂ ਖਤਮ ਹੀ ਕਰਤਾ ਪੰਜਾਬ, ਇੱਕ ਬਟਨ ਦੱਬਦੇ ਹੋ 5 ਸਾਲ ਭੁਗਤਦੇ ਹੋ, ਇੱਕ ਬਟਨ ਸਹੀ ਆਪਾਂ ਨਹੀਂ ਦੱਬਿਆ। ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ, ਪੰਜਾਬ ਬਰਬਾਦ ਕੀਤਾ, ਉਹਦੇ ਬਾਅਦ ਫਿਰ ਆਪਾਂ ਸਮਝੇ ਨਹੀਂ, ਫਿਰ ਤੋਂ ਬਟਨ ਦਬਾਤਾ, ਆ ਗਏ। ਦੇਖੋ ਆਪਣੇ ਪੰਜਾਬ, ਫਿਰ ਆਪਾਂ ਕਹਿੰਦੇ ਹਾਂ ਪੰਜਾਬ ਪਿੱਛੇ, ਕੌਮ ਪਿੱਛੇ ਹੈ, ਤਾਂ ਮੁੰਡੇ ਬੱਚੇ ਬਾਹਰ ਭੱਜ ਰਹੇ, ਇੱਥੇ ਹੈ ਹੀ ਨਹੀਂ ਕੁਛ। ਆਪਣੇ ਤੋਂ ਸਿਆਣੇ ਦੇਖੋ ਕਿੰਨੇ ਸੂਬੇ ਵਾਲੇ ਹੈ,
ਦਾਤ ਵਾਲੇ ਕੋਈ ਬਦਲਾਅ ਕਰ ਦਿਓ, ਭਾਵੇਂ ਕਾਂਗਰਸ ਜੋੜ ਵਾਲੇ ਨਹੀਂ। ਅਸੀਂ ਤਾਂ ਮੋਦੀ ਨੂੰ ਪਾਉਣੀ ਆ, ਬਟਨ ਇੱਕੋ ਹੀ ਰੱਖ ਦੇ ਦੱਬ ਕੇ। ਉਹਨੂੰ ਪਤਾ ਕਿ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ, ਅਸੀਂ ਕੋਈ ਬਦਲਾਅ ਨਹੀਂ ਚਾਹੁੰਦੇ। ਆਹ ਵੀ ਆਹ ਝਾੜੂ ਵਾਲੇ ਨੇ ਝੂਠ ਉੱਥੇ ਹੀ ਜਾ ਕੇ ਬੋਲਿਆ ਸੀ, ਆਹ ਝਾੜੂ ਵਾਲੇ ਨੇ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ, ਰਾਜਸਥਾਨ ਵੀ ਬੋਲਿਆ ਸੀ, ਹਿਮਾਚਲ ਵੀ ਬੋਲਿਆ ਸੀ। ਉਹਨਾਂ ਨੇ ਤਾਂ ਨਹੀਂ ਇਹਨਾਂ ਦੇ ਝੂਠ ਸੁਣਿਆ ਅਤੇ ਸਮਝਿਆ, ਇਕੱਲੇ ਆਪਾਂ ਹੀ ਹੈ ਜਿਹੜਾ ਝੂਠ ਆਉਂਦਾ। ਅੱਛਾ ਹੁਣ ਨਵਾਂ ਨਵਜੋਤ ਸਿੱਧੂ ਵੀ ਚੱਲ ਪਿਆ ਅੱਜ ਕੱਲ੍ਹ, ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾਅ ਤੁਹਾਨੂੰ ਉਹ ਵੀ ਕਹੂਗਾ, ਆਪਾਂ ਫਿਰ ਤੋਂ 5 ਸਾਲ ਦੇ ਦਿਓ, ਕੋਈ ਗੱਲ ਨਹੀਂ, ਜਿੱਥੇ ਹੈ ਲੁੱਟੀ ਜਾ ਰਹੇ ਹੋਰ ਲੁਟਾ ਲਓ, ਬਰਬਾਦ ਆਪਾਂ ਹੋ ਜਾਂਗੇ, ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ। 10 ਸਾਲ ਹੋ ਗਏ ਇੱਕ ਇੱਟ ਨਹੀਂ ਦਿਖੀ, ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਹੈ। ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਮੱਥਾ ਟੇਕਣ, ਵਿਰਾਸਤੇ ਮਾਰਗ ਇੰਨੀ ਸੋਹਣੀ ਬਣਾਈ ਸੀ, ਅੱਜ ਦੇਖੋ ਕੂੜਾ ਪਿਆ, ਸਫਾਈ ਹੈ ਨਹੀਂ, ਲਾਈਟਾਂ ਬੰਦ ਹੈ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ, ਸੜਕਾਂ ਟੁੱਟ ਗਈਆਂ, ਰੇਲਿੰਗਾਂ ਟੁੱਟ ਗਈਆਂ, ਬੂਟੇ ਸੁੱਕ ਗਏ। ਅੱਜ ਦੇਖਦੇ ਹਾਂ ਜਿਹੜੇ ਐਡੇ ਪਿੰਡਾਂ ਦੀਆਂ ਸੜਕਾਂ ਅੱਜ ਤੱਕ ਰਿਪੇਅਰ ਨਹੀਂ ਹੋਈਆਂ, ਟੁੱਟੀਆਂ ਪਈਆਂ, ਨਾ ਬਣਨੀਆਂ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਆਹ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਦਾ ਉਮੀਦ ਛੱਡ ਦਿਓ, 1 ਰੁਪਿਆ ਗ੍ਰਾਂਟ ਨਹੀਂ ਆਉਣੀ। ਜਿਹੜਾ ਕੁਛ ਆਊਗਾ, ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨ ਆਉਂਦਾ ਹਰ ਪਿੰਡ ਨੂੰ ਆਟੋਮੈਟਿਕ, ਪੰਜਾਬ ਸਰਕਾਰ ਨਾਲ ਉਹਦਾ ਕੁਛ ਨਹੀਂ ਹੈ, ਉਹ ਭਾਵੇਂ ਥੋੜ੍ਹਾ ਜਿਹਾ ਆ ਜਾਵੇ, ਪਰ ਜਿਹੜੇ ਨਜ਼ਾਰੇ ਸੀ ਜਿਹੜੇ ਚਾਹ ਨਾਲ ਅਕਾਲੀ ਦਲ ਲੀਡਰਸ਼ਿਪ ਅਕਾਲੀ ਤੁਹਾਡੇ ਨਾਲ ਬਹਿੰਦੇ ਸੀ, ਤੁਹਾਡੇ ਨਾਲ ਗੱਲ ਕਰਦੇ ਸੀ, ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ, ਉਹ ਜਿਹਾ ਮਾਹੌਲ ਅਗਲੇ 3 ਸਾਲ ਨਹੀਂ ਆਉਣਾ, ਨਾ ਪਿਛਲੇ 7 ਸਾਲ ਰਿਹਾ ਹੈ। ਦੇਖੋ ਰਣੀਕੇਸ਼ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ, ਹਲੇ ਵੀ ਮੈਂ ਰੋਜ਼ ਦੇਖਦਾ, ਹੁਣ ਮੈਨੂੰ ਟੀਵੀ ਦੇਖਦਾ, ਪਿੰਡ ਪਿੰਡ ਰਹਿੰਦੇ ਹੈ, ਤੁਹਾਡੇ ਵਿੱਚ ਵਿਚਰਦੇ ਹੈ। ਹੁਣ ਤੁਹਾਡੇ ਇੱਥੇ ਕੌਣ ਹੈ ਝਾੜੂ ਵਾਲਾ? ਕਿਤੇ ਝਾੜੂ ਵਾਲਾ ਕਿਤੇ ਆਏ ਆ ਤੁਹਾਡੇ ਪਿੰਡ? ਇੱਕ ਦੱਸਿਓ, ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ? ਜੇ ਹੱਥ ਖੜੇ ਕਰ ਦੋ, ਜੇ ਹੋਊਗੀ ਖਤਮ, ਹੋ ਗਈ ਹੈ ਪਿੰਡਾਂ 'ਚ? ਆਹ ਤਾਂ ਹੋਣਾ, ਛੋਟੀ ਮੋਟੀ ਬੂਟੀ ਵੀ ਨਾ ਰਹੇ ਇਹਨਾਂ ਦੀ। ਮਹੀਨਿਆਂ 'ਚ ਪਾਰਲੀਮੈਂਟ ਇਲੈਕਸ਼ਨ ਆ ਗਿਆ, ਮੈਨੂੰ ਲੱਗਦਾ ਮਾਰਚ ਦੇ ਮਹੀਨੇ 'ਚ ਜੇ ਇਹਨਾਂ ਨੂੰ ਬੰਦਾ ਬਣਾਉਣਾ, ਇਹਨਾਂ 3 ਸਾਲ ਥੋੜ੍ਹੇ ਮੋਟੇ ਸੌਖੇ ਟੱਪਣੇ ਨਾ, ਇਹਨਾਂ ਨੂੰ ਝਟਕਾ ਦੇ ਦਿਓ, ਝਟਕਾ ਦੇ ਦਿਓ ਅਤੇ ਦਿਖਾ ਦਿਓ ਜੀ ਅਸੀਂ 92 ਸੀਟਾਂ ਜਿਤਾ ਕੇ ਤੁਹਾਨੂੰ ਕਾਰ ਬਣਾ ਸਕਦੇ ਹਾਂ, ਅਤੇ 13 ਆ ਕੇ ਵੀ ਦਿਖਾ ਸਕਦੇ ਹਾਂ ਜੇ ਆਹ ਤੁਸੀਂ ਧੋਖਾ ਦਿਓਗੇ। ਆਹ ਹਰਸ਼ ਤਰੀਕ ਨੂੰ ਅਸੀਂ ਯਾਤਰਾ 'ਤੇ ਸ਼ੁਰੂ ਹੋ ਰਿਹਾ, ਅਕਾਲੀ ਦਲ ਸਮੁੱਚਾ ਅਟਾਰੀ ਤੋਂ ਸ਼ੁਰੂ ਹੋ ਰਿਹਾ, ਤੁਹਾਡੇ ਹਲਕੇ ਤੋਂ ਸ਼ੁਰੂ ਹੋ ਰਹੀ ਯਾਤਰਾ 1 ਤਰੀਕ ਨੂੰ। ਲਗਾਤਾਰ 117 ਹਲਕਿਆਂ 'ਚ ਮੈਂ ਜਾਊਂਗਾ, ਤੁਹਾਡੇ ਹਲਕੇ ਤੋਂ ਸ਼ੁਰੂ ਹੋ ਰਿਹਾ। ਤੁਹਾਨੂੰ ਆਸ ਕਰਦਾ ਕਿ ਤੁਹਾਡੇ ਹਲਕੇ ਤੋਂ ਸ਼ੁਰੂਆਤ ਬਹੁਤ ਵੱਡੀ ਹੋਏ, ਬਹੁਤ ਵੱਡੇ ਪੱਧਰ 'ਤੇ ਹੋਏ,
ਤੁਹਾਨੂੰ ਦੇਖ ਕੇ ਦੂਜੇ ਹਲਕੇ ਕਰਨ। ਆਪਾਂ ਪੰਜਾਬ ਨੂੰ ਬਚਾਉਣਾ, ਆਹ ਫਰਜ਼ ਆਪਣਾ ਹੈ। ਆਹ ਸੋਚ ਨਾ ਭਗਵੰਤ ਮਾਨ ਦੇ ਦਿਲ 'ਚ ਹੈ, ਆਹ ਸੋਚ ਨਾ ਕਾਂਗਰਸੀਆਂ ਦੇ ਦਿਲ 'ਚ ਹੈ, ਕਿਉਂਕਿ ਉਹਨਾਂ ਦਾ ਪੰਜਾਬ ਨਾਲ ਕੁਛ ਨਹੀਂ ਹੈ, ਕੋਈ ਲਗਾ ਨਹੀਂ ਹੈ, ਨਾ ਕੇਜਰੀਵਾਲ ਦਾ, ਨਾ ਰਾਹੁਲ ਗਾਂਧੀ ਪੰਜਾਬ ਨਾਲ ਲਗਾ ਹੈ। ਜੇ ਸਾਡੇ ਜਾਨ ਪੰਜਾਬ ਸਾਡੀ ਦੇ ਦਿਲ 'ਚ ਹੈ, ਉਹ ਤੁਹਾਡੇ ਅਕਾਲੀ ਦਲ ਦੇ ਦਿਲ 'ਚ ਹੈ, ਤੁਹਾਡੇ ਦਿਲ 'ਚ ਹੈ। ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ, ਪੰਜਾਬ ਨੂੰ ਵਾਪਸ ਨੀਤ ਲੈ ਕੇ ਆਈਏ, ਅਤੇ ਵਾਪਸ ਪੰਜਾਬ ਖੁਸ਼ੀਆਂ ਲੈ ਕੇ ਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।